ਹੋਰ ਕਿੱਥੇ ਲੱਗੀ ਸੱਟ? ਕੋਈ ਨਹੀਂ, ਉੱਧਰ ਦਿਖਾ। ਦਾਜ ਦੇ ਲੋਭੀ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਕੁੱਟਮਾਰ ਹੀ ਨਹੀਂ ਸਗੋਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ। ਦੱਸ ਦਈਏ ਕਿ ਮਾਮੂਲੀ ਗੱਲ ਤੋਂ ਸ਼ੁਰੂ ਹੋਈ ਤਕਰਾਰ ਨੇ ਖੂਨੀ ਰੂਪ ਲੈ ਲਿਆ ਅਤੇ ਪਤੀ ਨੇ ਆਪਣੀ ਹੀ ਪਤਨੀ ਦਾ ਗਲ 'ਚ ਫਾਹਾ ਪਾ ਕੇ ਉਸਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਤਾਂ ਬੀਤੇ ਦਿਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਜਦੋਂ ਪਤੀ ਕੰਮ ਤੋਂ ਘਰ ਆਉਂਦਾ ਤਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਅਣਬਣ ਹੋ ਜਾਂਦੀ ਹੈ ਅਤੇ ਅਣਬਣ ਇਸ ਕਦਰ ਵੱਧ ਜਾਂਦੀ ਹੈ ਕਿ ਜੋ ਪਤੀ ਹੈ ਉਹ ਪਤਨੀ ਦੇ ਖੂਨ ਦਾ ਪਿਆਸਾ ਹੋ ਜਾਂਦਾ ਹੈ ਅਤੇ ਉਸਨੂੰ ਜਾਨ ਤੋਂ ਹੀ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਤਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਕੈਂਚੀ ਦੇ ਨਾਲ ਕਿਹਾ ਜਾ ਰਿਹਾ ਕਿ ਉਸਨੂੰ ਕੁੱਟਿਆ ਗਿਆ ਅਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਪਤੀ ਦਾ ਮਨ ਨਹੀਂ ਭਰਦਾ ਕੁੱਟ ਕੁੱਟ ਕੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਕਰੰਟ ਲਗਾ ਦਿੱਤਾ ਜਾਂਦਾ। ਹਾਲਾਂਕਿ ਜੋ ਪਤਨੀ ਹੈ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਹੁਣ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਤੀ ਦੇ ਉੱਤੇ ਪਤਨੀ ਨੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ। ਕਿਹਾ ਕਿ 1.5 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਅਤੇ ਪਤੀ ਪਹਿਲੇ ਦਿਨ ਤੋਂ ਹੀ ਉਸਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰ ਰਿਹਾ, ਜਿਸ ਤੋਂ ਬਾਅਦ ਹੁਣ ਉਹ ਬੀਤੇ ਦਿਨਾਂ ਜਦੋਂ ਘਰ ਆਇਆ ਤਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਮਾਮੂਲੀ ਤਕਰਾਰ ਹੁੰਦੀ ਹੈ ਅਤੇ ਤਕਰਾਰ ਇਸ ਕਦਰ ਵੱਧ ਜਾਂਦੀ ਹੈ ਕਿ ਪਤੀ ਪਤਨੀ ਦੇ ਖੂਨ ਦਾ ਪਿਆਸਾ ਹੋ ਜਾਂਦਾ ਹੈ, ਉਸਨੂੰ ਗਲ ਦੇ ਵਿੱਚ ਫਾਹਾ ਦੇ ਕੇ ਮਾਰਨ ਦੀ ਕੋਸ਼ਿਸ਼ ਕਰਦਾ। ਜਦੋਂ ਉਸਦਾ ਮਨ ਨਹੀਂ ਭਰਦਾ ਤਾਂ ਉਸਨੂੰ ਬਿਜਲੀ ਵਾਲੀ ਤਾਰਾਂ ਦੇ ਨਾਲ ਪਤਨੀ ਨੂੰ ਕਰੰਟ ਲਗਾ ਦਿੰਦਾ, ਜਿਸ ਤੋਂ ਬਾਅਦ ਔਰਤ ਕਾਫੀ ਜ਼ਿਆਦਾ ਗੰਭੀਰ ਜ਼ਖਮੀ ਹੋ ਜਾਂਦੀ ਹੈ ਅਤੇ ਹੁਣ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਨੇ ਉਸਦੇ ਬਿਆਨ ਦਰਜ ਕੀਤੇ ਨੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਇੱਕ ਦਰਿੰਦੇ ਪਤੀ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ, ਜਿਸਨੇ ਕਿ ਆਪਣੀ ਪਤਨੀ ਨੂੰ ਦਾਜ ਦੇ ਲੋਭ ਪਿੱਛੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਘਰ ਵਾਲੇ ਡਿਊਟੀ ਤੋਂ ਆਏ ਸ਼ਾਮ ਨੂੰ 8:30 ਵਜੇ ਅਤੇ ਫਿਰ ਉਹਨਾਂ ਨੇ ਅੰਦਰ ਕੇ ਸਾਡੇ ਵਿੱਚ ਥੋੜ੍ਹੀ ਅਣਬਣ ਹੋਈ ਅਤੇ ਫਿਰ ਉਹਨਾਂ ਨੇ ਜਦੋਂ ਜ਼ਿਆਦਾ ਅਣਬਣ ਵੱਧ ਗਈ ਫਿਰ ਉਹਨਾਂ ਨੇ ਮੈਨੂੰ ਚੁੰਨੀ ਨਾਲ ਫਾਹ ਦੇ ਕੇ ਬੇਹੋਸ਼ ਕਰਕੇ ਅਤੇ ਫਿਰ ਉਹਨਾਂ ਨੇ ਬਾਅਦ ਵਿੱਚ ਮੇਰੇ 'ਤੇ ਕਰੰਟ ਲਾਉਣਾ ਸ਼ੁਰੂ ਕੀਤਾ। ਕਰੰਟ ਲਾਉਣ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਮੂੰਹ 'ਤੇ ਕੈਂਚੀਆਂ ਵਗੈਰਾ ਮਾਰੀਆਂ ਅਤੇ ਫਿਰ ਉਹ ਬੰਦ ਕਰਕੇ ਦੁਕਾਨ 'ਤੇ ਫਿਰ ਆਪ ਭੱਜ ਗਏ। ਕਿਉਂ ਮਾਰਿਆ? ਬਸ ਉੱਦਾਂ ਹੀ ਕੋਈ ਘਰ ਵਾਲੀ ਗੱਲ ਤੋਂ ਅਣਬਣ ਹੋ ਗਈ ਅਤੇ ਉਹਨਾਂ ਨੇ ਪਤਾ ਵੀ ਘਰ ਵਾਲੀ ਗੱਲ ਹੋਈ ਵੀ ਪੈਸੇ ਤੋਂ ਸੈਲਰੀ ਤੋਂ ਹੀ ਸਟਾਰਟ ਹੋਈ ਅਤੇ ਇਸ ਤੋਂ ਹੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਅਤੇ ਉਹ ਕਹਿੰਦੇ ਕਿ ਤੂੰ ਮੈਨੂੰ ਪੁੱਛਦੀ ਕਿਉਂ ਵਾ ਅਤੇ ਫਿਰ ਇਸ ਤੋਂ ਗੱਲ ਵੱਧ ਗਈ। ਹਾਂਜੀ, ਪੁਲਿਸ ਕੀਤੀ ਆ। ਹੋਇਆ ਕੀ ਕਿ ਇਹ ਕੁੜੀ ਬੁਟੀਕ ਦਾ ਕੰਮ ਕਰਦੀ ਆਪਣੀ ਅਤੇ ਇਹਦਾ ਘਰ ਵਾਲਾ ਮਤਲਬ ਕਿ ਇਹਦੇ ਕੋਲ ਪੈਸੇ ਪੂਰੇ ਮੰਗਦਾ ਸੀ ਅਤੇ ਇਹਨੇ ਦੇਣ ਤੋਂ ਮਨਾ ਕਰਤਾ ਕਿ ਤੂੰ ਆਪਣਾ ਕੰਮ ਕਰਦਾ ਆਪਣੇ ਪੈਸੇ ਵਰਤੇ। ਇਸੇ ਗੱਲੋਂ ਇਹਦੇ ਨਾਲ ਤਾਂ ਠਾਂ ਹੋ ਪਿਆ। ਕਿਹਨੂੰ ਦਿੰਦਾ ਸੀ ਆਪਣੇ ਘਰੋਂ ਮੰਗੀ ਆਪਣੇ ਕੋਲ ਸੋਨਾ ਲੈ ਕੇ ਦੇ, ਮੈਂ ਗਹਿਣੇ ਪਾ ਕੇ ਪੈਸੇ ਦੇਣਗਾ। ਇਹਨੇ ਇਹ ਗੱਲੋਂ ਮਨਾ ਕੀਤਾ ਅਤੇ ਉਹਨੇ ਇਹਦੇ ਗੱਲ 'ਚ ਤੁੰਮੀ ਪਾ ਕੇ ਇਹਨੂੰ ਆ ਦੇ ਤਾ। ਇਹ ਉਹਦੇ ਨਾਲ ਬੇਹੋਸ਼ ਹੋ ਗਈ। ਬਾਅਦ 'ਚ ਉਹਨੇ ਇਹਦੇ ਮੂੰਹ 'ਤੇ ਦੋ ਵੀ ਲੱਤਾਂ ਲੁੱਤਾਂ ਮਾਰ ਕੇ ਕੈਂਚੀਆਂ ਟੂੰਚੀਆਂ ਪੁੱਠੀਆਂ ਸਿੱਧੀਆਂ ਮਾਰ ਕੇ ਅਤੇ ਇਹਨੂੰ ਲਹੂ ਲਵਾਣ ਕਰਕੇ ਬਾਅਦ ਇਹਦੇ ਕਰੰਟ ਵਾਲੀ ਤਾਰ ਲਾ ਕੇ ਨਾ ਇਹਨੂੰ ਅਤੇ ਸ਼ਟਰ ਬੰਦ ਕਰਕੇ ਦੁਕਾਨਦਾਰ ਸੁੱਟ ਕੇ ਭੱਜ ਗਿਆ। ਕਿਹੜੀ ਜਗ੍ਹਾ? ਹਾਂਜੀ, ਕਿਹੜੀ ਜਗ੍ਹਾ? ਜਿੰਡਲਾ ਗੁਰੂ ਸਿੰਘ, ਊਧਮ ਸਿੰਘ ਚੌਂਕ 'ਚ 3 ਨੰਬਰ ਗਲੀ ਆ, ਉੱਥੇ ਬੁਟੀਕ ਹੈ ਜੀ। ਪੁਲਿਸ ਨੇ? ਹਾਂਜੀ, ਪੁਲਿਸ ਨੇ ਰਿਪੋਰਟ ਕੀਤੀ ਹੈ। ਪੁਲਿਸ ਨੇ ਕੀ ਐਕਸਪ੍ਰੈਸ਼ਨ ਕਰਵਾਇਆ? ਪੁਲਿਸ ਕਹਿ ਰਹੇ ਬੋਲ ਰਹੇ ਕਾਰਵਾਈ ਕਰਾਂਗੇ ਅਜੇ ਕਰ ਲੈ ਕੇ ਮੰਗ ਕਰਦੇ ਮੰਗ ਇਹੋ ਜਿਹੀ ਆਪਾਂ ਨੂੰ ਇਨਸਾਫ ਚਾਹੀਦਾ ਵਾ। ਇਹੋ ਜਿਹੇ ਬੰਦੇ ਨੂੰ ਦਰਿੰਦੇ ਨੂੰ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ, ਗਾਂ ਕੋਈ ਕਰੇ ਨਾ ਗਲਤੀ। ਰਾਜਨਦੀਪ ਕੌਰ ਲੜਕੀ 28 ਈਅਰ
ਇੱਥੇ ਜੰਡਿਆਲਾ ਦੇ ਵਿੱਚ ਬੁਟੀਕ ਦਾ ਕੰਮ ਕਰਦੀ। ਉਹਦੇ ਘਰ ਵਾਲਾ ਆਇਆ ਦੁਕਾਨ 'ਤੇ, ਉਹਦੀ ਕਾਫੀ ਜ਼ਿਆਦਾ ਕੁੱਟਮਾਰ ਕਰਕੇ, ਤਸ਼ੱਦਦ ਕਰਕੇ ਅਤੇ ਉਹਨੂੰ ਮਰਨ ਵਾਲੀ ਹਾਲਤ 'ਚ ਛੱਡ ਕੇ ਚਲਾ ਭੱਜ ਗਿਆ। ਫਿਰ ਉਹਦੇ ਪਤਾ ਲੱਗਣ 'ਤੇ ਪੇਰੈਂਟਸ ਆਏ, ਸਾਨੂੰ ਇਨਫੋਰਮ ਕੀਤਾ ਤਾਂ ਉਹਨੂੰ ਐਮਰਜੈਂਸੀ ਦਾਖਲ ਕਰਵਾਇਆ। ਉਹਦੀ ਸਟੇਟਮੈਂਟ 'ਤੇ 307 FIR ਦਰਜ ਕਰ ਦਿੱਤੀ ਗਈ ਹੈ, ਦੋਸ਼ੀ ਜਲਦੀ ਗ੍ਰਿਫਤਾਰ ਕੀਤਾ ਜਾਓ। ਕੀ ਕਾਰਨ ਕੀ ਰਿਹਾ ਕੁੱਟਮਾਰ ਕਰਨ ਦਾ, ਕਿਉਂ ਕੁੱਟਮਾਰ? ਲੜਕੀ ਦੇ ਦੱਸਣ ਮੁਤਾਬਕ ਵੀ ਇਹ ਪੈਸੇ ਦੀ ਮੰਗ ਕਰਦਾ ਸੀ, ਦਾਜ ਮੰਗਦਾ ਸੀ, ਅਤੇ ਪਹਿਲਾਂ ਵੀ ਤਕਰਾਰ ਹੋਇਆ ਅਤੇ ਕੱਲ੍ਹ ਜਿਹੜਾ ਬੇਤਹਾਸ਼ਾ ਕੁੱਟਮਾਰ ਕੀਤੀ, FIR ਦਰਜ ਕਰ ਦਿੱਤੀ। ਦੱਸਿਆ ਜਾਂਦਾ ਕਿ ਨਸ਼ਾ ਕਰਨ ਦਾ ਵੀ ਆਦੀ ਸੀ? ਨਹੀਂ, ਹਲੇ ਇਸ ਚੀਜ਼ ਤੋਂ ਨਹੀਂ ਸਾਹਮਣੇ ਆਈ ਗੱਲ, ਜਦੋਂ ਅਰੈਸਟ ਕਰਾਂਗੇ ਪੁੱਛ ਕੇ ਸਮਝ।